बिगेस्ट न्यूज़ तुसी वीरे हरिद्वार अंब लेना है। सो बिगेस्ट न्यूज़ मुबारकां दो सारे जाने सुखन नूं इहदी गड्डी दा हुण एसी खराब हो गया। लो जी सुखन दा गाना भी है जी, सुखन ऐ कर अपना गाना सुना दे सारे नूं थोड़ा जा। लो जी वन मोर अनरिलीज्ड सॉन्ग, थोड़ा जिहा तुहानूं सुखन दा भी गाना सुनाइए। सो बिगेस्ट न्यूज़ ऑफ दिस ईयर is ke si officially apna vire ki biggest news te kud 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 biggest news of this year lo ji dosto jehda tusi eh hun ajj vlog dekh rahe ho ਇਹ ਵਲੌਗ ਤੁਸੀਂ ਦੇਖ ਰਹੇ ਹੋ ਦੁਪਹਿਰੇ 12 ਵਜੇ ਇਸ ਵੇਲੇ ਰਾਤ ਦੇ ਪੰਮਾ ਜੀ ਟਾਈਮ ਦੱਸੋ ਕੀ ਹੋ ਗਿਆ। ਟਾਈਮ ਹੋ ਗਿਆ 2:22 2:22 ਤੇ ਹਲੇ ਅਸੀਂ ਸ਼ੂਟ ਕਰ ਰਹੇ ਹਾਂ ਤਾਂ ਜਦੋਂ ਤੁਸੀਂ ਸਾਰੇ ਦੇਖੋਗੇ ਕਿ ਇੱਕ ਬਹੁਤ ਖਾਲੀ ਜਗ੍ਹਾ ਦੇ ਵਿੱਚ ਇੱਕ ਸਿੰਗਲ ਆਬਜੈਕਟ ਇਕੱਲਾ ਬੰਦਾ ਖੜਾ। ਹਾਊ ਯੂ ਫੀਲ ਮੈਂਟਲੀ? ਬੰਦਾ ਕਈ ਵਾਰੀ ਭੀੜ ਦੇ ਵਿੱਚ ਆਪਣੇ ਪਰਿਵਾਰ ਤੋਂ ਦੂਰ, ਯਾਰਾਂ ਦੋਸਤਾਂ ਤੋਂ ਦੂਰ, ਇੱਕ ਪੂਰੀ ਜ਼ਿੰਦਗੀ ਤੋਂ ਦੂਰ, ਇੱਕ ਨਵੇਂ ਮੁਲਕ ਦੇ ਵਿੱਚ ਹੁੰਦਾ। ਫਿਜ਼ੀਕਲੀ ਬਹੁਤ ਲੋਕ ਹੁੰਦੇ ਨੇ, ਇਮੋਸ਼ਨਲੀ ਉਹ ਬੰਦਾ ਇੱਕ ਭੀੜ ਵਿੱਚ ਵੀ ਇਕੱਲਾ ਹੁੰਦਾ। ਦਿਸ ਇਜ਼ ਹਾਓ ਐਨ ਇੰਟਰਨੈਸ਼ਨਲ ਸਟੂਡੈਂਟ ਫੀਲਸ ਇਮੋਸ਼ਨਲੀ, ਦੈਟਸ ਹਾਓ ਆਈ ਫੈਲਟ। ਆਈ ਰੀਲੀ ਹੋਪ ਯੂ ਗਾਈਸ ਕੈਨ ਕਨੈਕਟ ਵਿਦ ਦਿਸ ਇਮੋਸ਼ਨ। ਦ ਆਈਡੀਆ ਇਜ਼ ਕਿ ਐਡੀ ਵੱਡੀ ਦੁਨੀਆ, ਦਿਮਾਗ ਦੇ ਵਿੱਚ ਐਡਾ ਵੱਡਾ ਇੱਕ ਖਲਾਅ ਹੁੰਦਾ, ਖਲਾਅ ਹੁੰਦਾ, ਐਮਪਟੀਨੈਸ। ਆਪਕੋ ਪਤਾ ਹੈ ਖਲਾਅ ਕਿਆ ਹੁੰਦਾ? ਯੇ ਚੱਕਰ ਪੜ ਗਿਆ, ਲੋਕ ਪੰਜਾਬ ਕੇ ਵੀ ਫੋਲੋ ਕਰਤੇ ਹੈਂ, ਬਾਹਰ ਕੇ ਵੀ ਕਰਤੇ ਹੈਂ, ਤੋ ਨਾ ਮੇਰੀ ਫੁੱਲ ਪੰਜਾਬੀ ਰਹਿੰਦੀ ਆ, ਹਿੰਦੀ ਤਾਂ ਸੁੱਖ ਨਾਲ ਸਾਡੀ ਹੈ ਹੀ ਘੈਂਟ 10% ਮੇਰੀ ਹਿੰਦੀ ਪਤਾ ਕਿਵੇਂ ਆ? ਮੈਂ ਗਾੜੀ ਜੈਸੇ ਸ਼ੁਰੂ ਕਰਤੇ ਹੈ ਨਾ ਪਹਿਲਾ ਗੇਅਰ ਡਾਲ ਕੇ, ਮੇਰੀ ਹਿੰਦੀ ਵੈਸੇ ਆ, ਪਹਿਲਾ ਗੇਅਰ ਹਿੰਦੀ ਕਾ ਹੀ ਹੁੰਦਾ ਕੌਨਸ਼ੀਅਸਲੀ ਕਿ ਹਿੰਦੀ ਬੋਲਣੀ ਆ। ਗੱਡੀ ਥੋੜ੍ਹੀ ਜਿਹੀ ਤੁਰਦੀ ਹੈ ਠਕ ਠਕ ਪੰਜਾਬੀ, ਫਿਰ ਤੀਜਾ ਪੰਜਾਬੀ, ਚੌਥਾ ਪੰਜਾਬੀ, ਪੰਜਵਾਂ ਪੰਜਾਬੀ। ਓਕੇ ਜੀ, ਬਟ ਸੋ ਅੱਜ ਅਸੀਂ ਇੱਥੇ ਆਏ ਸੀਗੇ ਇੱਕ ਗਾਣਾ ਲੈਂਬਰਗਿਨੀ ਫਲੋ ਉਹ ਗਾਣੇ ਦਾ ਸ਼ੂਟ ਕਰਨ ਦੇ ਲਈ। ਸੋ ਐਜ਼ ਆਈ ਮੈਂਸ਼ਨਡ ਬਿਫੋਰ, ਸਾਡਾ ਇੱਕ ਵੈਬ ਸੀਰੀਜ਼ ਦਾ ਸੈਕਿੰਡ ਸਕੈਜੂਅਲ ਸ਼ੁਰੂ ਹੋ ਜਾਣਾ, ਉਹ ਸਕੈਜੂਅਲ ਦੇ ਲਈ ਮੈਂ ਸ਼ੇਵ ਕਰਾ ਦੇਣੀ ਆ। ਸੋ ਫੋਰ 2 months ਮੈਂ ਸ਼ੇਵ ਕੀਤੀ ਹੋਊਗੀ, 2 ਮਹੀਨੇ ਅਸੀਂ ਮੈਨੂੰ ਗਾਲਾਂ ਕੱਢਣੀਆਂ ਨੇ, ਪਰ ਮੈਂ ਚਾਹੁੰਦਾ ਸੀ ਕਿ ਜਿਹੜੇ ਗਾਣੇ ਨੇ ਅਸੀਂ ਬਣਾਏ ਹੋਏ ਉਹ ਰੈਗੂਲਰਲੀ ਆਉਂਦੇ ਰਹਿਣ। ਸੋ ਅਸੀਂ ਇੱਥੇ ਲੈਂਬਰਗਿਨੀ ਫਲੋ ਗਾਣਾ ਸ਼ੂਟ ਕਰਨ ਆਏ ਸੀ, ਜੋ ਅਸੀਂ ਡਿਊਰਿੰਗ ਦ ਡੇ ਸ਼ੂਟ ਕੀਤਾ, ਅਤੇ ਜਦੋਂ ਸਨ ਡਾਊਨ ਹੋ ਗਿਆ, ਥੋੜ੍ਹਾ ਜਿਹਾ ਹਨੇਰਾ ਹੋ ਗਿਆ, ਅਤੇ ਉਦੋਂ ਅਸੀਂ ਜਿਹੜਾ ਸਾਡਾ ਦੂਜਾ ਗਾਣਾ ਡੈਡੀਕੇਟਡ ਟੂ ਇੰਟਰਨੈਸ਼ਨਲ ਸਟੂਡੈਂਟਸ, ਅਸੀਂ ਉਸ ਗਾਣੇ ਦੇ ਸਿੰਕ ਲੈ ਰਹੇ ਹਾਂ। ਲਾਡੀ ਓਏ ਚੱਲ ਬੀੜੀ ਪੀਲਾ ਆਰਟਿਸਟ ਰੈਡੀ ਸਾਰੀ ਟੀਮ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹੈ, ਸਪੈਸ਼ਲੀ ਜਿੰਨੇ ਵੀ ਸਾਡੇ ਟੀਮ ਦੇ ਵਿੱਚ ਸਾਡੇ ਮੁਸਲਿਮ ਫਰੈਂਡਸ ਨੇ, ਬਟ ਸਪੈਸ਼ਲੀ ਆ ਸਟਾਈਲਿਸਟ, ਉਸਨੇ ਰਾਤ ਕੋ 12 ਵਜੇ ਕੰਮ ਫਿਨਿਸ਼ ਕੀਆ, ਉਸਕੋ ਹਮਨੇ 12 ਵਜੇ ਫੋਨ ਕੀਆ ਕਿ ਆ ਜਾਓ ਯਾਰ ਅਸੀਂ ਗਾਣਾ ਸ਼ੂਟ ਕਰਨਾ। ਉਹ ਭਰਾ ਸਾਡਾ ਆਇਆ 4 ਵਜੇ, ਉਹਨੇ ਬ੍ਰੇਕ ਲਈ,
ਅਤੇ ਮੇਰੇ ਖਿਆਲ ਨਾਲ ਦੁਪਹਿਰੇ ਇੰਨੀ ਜ਼ਿਆਦਾ ਗਰਮੀ ਸੀਗੀ ਕਿ ਅਸੀਂ ਪਾਣੀ ਲੱਸੀ ਇੰਨਾ ਕੁਛ ਪੀ ਕੇ ਧੁੱਪ 'ਚ ਰੇਗਿਸਤਾਨ ਸ਼ੂਟ ਕਰ ਰਹੇ ਹਾਂ ਅਤੇ ਜਿਹੜੇ ਭਰਾਵਾਂ ਨੇ ਰੋਜ਼ਾ ਰੱਖਿਆ ਉਹਨਾਂ ਨੇ ਪਾਣੀ ਵੀ ਨਹੀਂ ਪੀਤਾ ਸੋ ਸਲਿਊਟ ਟੂ ਆਲ ਆ ਮੁਸਲਿਮ ਬ੍ਰਦਰਸ ਵਰਕਿੰਗ ਵਿਦ ਅਸ ਲੈਟ ਸੈਲੀਬ੍ਰੇਟ ਏਕ ਦੂਸਰੇ ਕੇ ਤਿਉਹਾਰ ਏਕ ਦੂਸਰੇ ਕੀ ਖੁਸ਼ੀਆਂ ਏਕ ਦੂਸਰੇ ਕੇ ਜਸ਼ਨ ਏਕ ਦੂਸਰੇ ਕੇ ਦੁੱਖ ਇਕੱਠੇ ਬਾਂਟਦੇ ਹਾਂ ਇਕੱਠੇ ਮਨਾਤੇ ਹਾਂ ਐਂਡ ਲੈਟਸ ਟ੍ਰਾਈ ਐਂਡ ਅੰਡਰਸਟੈਂਡ ਈਚ ਅਦਰ ਬੈਟਰ ਐਂਡ ਲੈਟਸ ਟ੍ਰਾਈ ਐਂਡ ਲਵ ਈਚ ਅਦਰ ਮੋਰ ਲਵ ਯੂ ਹਾਂ ਕਿ ਬਸ ਉਹ ਵਿਜੂਅਲੀ ਘੈਂਟ ਆ ਦੋ ਚਾਰ ਥੋੜ੍ਹੇ ਬੀ ਰੋਲਸ ਜੇ ਆ ਗਏ ਬੈਠਨੇ ਕੇ ਵੀ ਦੋ ਚਾਰ ਸ਼ੋਟਸ ਮਿਲ ਗਏ ਦੇ ਆ ਮੋਰ ਦੈਨ ਨਫ ਹੈ ਨਾ ਸਪੋਟ ਲਾਈਟ ਗੋਲ ਕਰਕੇ ਨਾ ਸੁਪਰ ਟਾਈਟ ਮੈਂ ਸਿੰਕ ਲੈ ਲੇਗਾ ਸੁਖਨ ਨੂੰ ਭੇਜ ਰਿਹਾ ਵੀਡੀਓ ਮੈਂ ਇੱਧਰ ਸਨੈਪਚੈਟ ਆਇਆ ਸ਼ੁਰੂ ਕੀਤੀ ਬਣਾਉਣੀ ਸਾਰਾ ਘੁੰਮਿਆ ਮੈਂ ਕਿਹਾ ਮੈਂ ਫੋਰਚੂਨਰ ਕਿੱਥੇ ਗਈ ਅਤੇ ਮੈਨੂੰ ਲੱਭੇ ਨਹੀਂ ਇਹ 90 ਕਿਲੋਮੀਟਰ ਦਾ ਏਰੀਆ ਪਤਾ ਹੀ ਨਹੀਂ ਲੱਗਦਾ ਕਿੱਧਰ ਚਲੇ ਗਏ ਅਸੀਂ ਗੁੰਮ ਗਏ ਸੀ ਇਹਦੇ 'ਚ ਪਰ ਘੈਂਟ ਲਾਡੀ ਜੀ ਵੈਗਨ ਲਿਆ ਕੇ ਇੱਥੇ ਵੱਡਾਂਗੇ ਹੈ ਨਾ ਟਾਇਰਾਂ ਦੀਆਂ ਦੋ ਜੋੜੀਆਂ ਖਾ ਜੂਗੀ ਔਰ ਨਜ਼ਾਰਾ ਲਿਆ ਲਓਗੇ ਨਹੀਂ ਅੱਜ ਦਾ ਜੀ ਅਸੀਂ ਸ਼ੂਟ ਕੀਤਾ ਰਾਜਸਥਾਨ ਆਏ ਹੋਏ ਹਾਂ ਸਾਂਬਰ ਲੇਕ 'ਤੇ ਅਤੇ ਬਹੁਤ ਜ਼ਿਆਦਾ ਫਨ ਰਿਹਾ ਸਵੇਰੇ 6-7 ਵਜੇ ਤੋਂ ਸ਼ੂਟ ਚੱਲ ਰਿਹਾ ਅਤੇ ਸ਼ਾਮ ਦੇ ਕਿੰਨੇ ਵਜ ਗਏ ਕੀ ਹੋ ਗਿਆ ਉਹ ਫੱਕ ਮੁੰਡਾ ਹਾਏ ਕੈਮਰਾ ਕੱਟ ਕਰ ਦਿਓ ਗਾਲ ਕੱਢਣੀ ਸੀ ਮੈਨੂੰ ਗਾਲ ਕੱਢਿਆ ਤੂੰ ਪੈ ਨਹੀਂ ਐ ਕਹਿਣਾ ਸੀ ਆਏ ਪੈ ਕਿੱਥੇ ਵਜਿਆ ਜ਼ੋਰ ਜੀ ਕਿਉਂ ਇੰਨੀ ਜ਼ੋਰ ਤਾਂ ਮਾਰਿਆ ਵੀ ਨਹੀਂ ਬਹੁਤ ਜ਼ੋਰ ਦੀ ਲੱਗਿਆ ਸੱਚੀ ਸੌਰੀ ਯਾਰ ਜ਼ੋਰ ਦੀ ਮਾਰੇ ਮੇਰੇ ਬੱਚੇ ਵਾਲੇ ਮੈਂ ਗੰਦੀ ਸੀ ਆਪੇ ਦੀ ਬੰਦ ਕਰ ਯਾਰ ਗਾਲ ਕੱਢ ਦੇ ਲਾਡੀ ਗਾਲ ਤੂੰ ਪਾਵੀਂ ਕੱਢ ਲਾਡੀ ਗਾਲ ਤੇ ਅਸੀਂ ਆਏ ਹੋਏ ਆ ਜੀ ਤੁਹਾਨੂੰ ਪਤਾ ਹੀ ਆ ਯਾਰ ਤੁਹਾਨੂੰ ਪਤਾ ਅਸੀਂ ਕੀ ਕਰ ਰਹੇ ਹਾਂ ਪਾਜੀ ਆ ਜਾਓ ਪਾਜੀ ਬਿਫੋਰ ਵੀ ਇਟ ਵਾਸ ਫਨ ਲੈਟਸ ਗੋ ਬ੍ਰੋ ਇਟ ਵਾਸ ਫਨ ਬਾਬਾ ਸਿੱਕਾ ਦੇ ਯਾਰ ਤੇ ਬਹੁਤ ਜ਼ੋਰ ਦੀ ਲੱਗਿਆ ਭਾਈ ਮਿਊਜ਼ਿਕ ਜਿੱਤੇ ਨੂੰ ਪਹਿਲੋਂ ਨਹੀਂ ਸੀ ਪਤਾ ਰਾਤ ਦੇ ਵੱਜ ਗਏ 7:30 ਤੇ ਹਨੇਰਾ ਗਿਆ ਹੋ ਆਪਣਾ ਮੇਰੇ ਨਾਲ ਰਹਿ ਕੇ ਇਮਰਾਨ ਨੂੰ ਰੇ ਬੋਲਣ ਲੱਗ ਗਏ ਪੰਜਾਬੀ ਅਤੇ ਉਹਨਾਂ ਨਾਲ ਮੈਂ ਰਹਿ ਕੇ ਬੋਲਣ ਲੱਗ ਗਿਆ ਥੋੜ੍ਹੀ ਥੋੜ੍ਹੀ ਹਿੰਦੀ ਐਨੀਵੇ ਤੁਸੀਂ ਸਾਰੇ ਜਾਣੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਹੋਰ ਵਲੌਗਸ ਦੇ ਲਈ ਐਂਡ ਸਟੇ ਟਿਊਨਡ ਫੋਰ ਦ ਸੌਂਗਸ ਇਹ ਜਸਟ ਅਪਡੇਟ ਆ ਤੁਹਾਡੇ ਸਾਰਿਆਂ ਲਈ ਕਿਉਂਕਿ ਜਦੋਂ ਮੈਂ ਸ਼ੇਵ ਕਰਦੀ ਉਦੋਂ ਸ਼ਾਇਦ ਉਹਨੀਆਂ ਸਨੈਪਚੈਟ ਨਾ ਪਾਵਾਂ ਬਟ ਵੀ ਹੈਡ ਅ ਲੌਂਗ ਡੇ ਟੂਡੇ ਅ ਲਿਟਲ ਬਿਟ ਪ੍ਰੋਬਲਮ ਇਨ ਦਾ ਮੋਰਨਿੰਗ ਬਟ ਓਵਰਆਲ ਬਹੁਤ ਵਧੀਆ ਸ਼ੂਟ ਹੋਇਆ ਥੈਂਕ ਯੂ ਸੋ ਮੱਚ ਕੀਪ ਲਵਿੰਗ ਕੀਪ ਸਪੋਰਟਿੰਗ ਬਹੁਤ ਸਾਰਾ ਪਿਆਰ ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਤੁਹਾਡੇ ਸਾਰਿਆਂ ਦੇ ਸੁਪਨੇ ਪੂਰੇ ਕਰੇ ਬੀ ਹੈਪੀ ਐਂਡ ਲੈਟਸ ਲਿਵ ਐਂਡ ਲੈਟ ਲਿਵ ਸੜਕਾਂ ਸੜਕਾਂ ਮਹਾਰਾਜ ਹੈ ਹੀ ਨਹੀਂ ਜਿੱਥੇ ਅਸੀਂ ਫਿਰਦੇ ਹਾਂ ਹੈ ਤੇਰੀ ਓ ਤੇਰੀ ਸੌਰੀ ਦਿਓ 8 ਵਜੇ ਨੇ ਤੇ 8 ਚ 9 ਘੰਟੇ ਪਾ ਦੇ ਲਾਡੀ ਕੀ ਟਾਈਮ ਹੋ ਗਿਆ 9 ਤਾਂ ਨਹੀਂ ਆਪਾਂ ਮਾਰਾਂਗੇ 7 ਘੰਟੇ 6:30 ਦਾ ਟੀਚਰ ਰੱਖ ਰਹੇ ਆ ਆਪਾਂ ਵੈਸੇ ਆਪਾਂ ਸਪੀਡ ਲਿਮਿਟ 'ਚ ਜਾਣਾ ਲਾਡੀ ਬਾਡੀ ਟਾਕ ਮੈਂ 9 ਘੰਟੇ 'ਚ ਹੀ ਮਿਲਾਂਗੇ ਨਹੀਂ ਮੈਂ ਓਕੇ ਮੈਂ ਸੁਣਿਆ ਜੀ ਤੁਸੀਂ ਟ੍ਰੇਲਰ ਦਿਖਾ ਕੇ ਹਟੇ ਹੁਣੇ ਕਹਿੰਦੇ ਟ੍ਰੇਲਰ ਆ ਗਿਆ ਆਪਣੇ ਫੋਨ 'ਚ ਟ੍ਰੇਲਰ ਵੀ ਆ ਗਿਆ ਅਤੇ ਟ੍ਰੇਲਰ ਵੀ ਓਕੇ ਆ ਅਤੇ ਆਪਾਂ ਆਪਣਾ ਰੈਕਡ ਲੇਵਲ ਵੀ ਕਰਤਾ ਡਨ 2 ਮਿੰਟ ਪਹਿਲਾਂ ਸਾਈਨ ਕੀਤੇ ਨੇ ਉਹ ਆਰਕਾਂ ਬਾਈ ਤੈਨੂੰ ਤੇਰੀ ਕੰਪਨੀ ਦੀਆਂ ਤੁਹਾਨੂੰ ਵੀ ਜੀ ਬਹੁਤ ਬਹੁਤ ਸਰੋਤਿਆਂ ਨੂੰ ਵੀ ਕੌਰੀ ਨੂੰ ਵੀ ਅੱਛਾ ਰੈਕਡ ਲੇਬਲ ਸ਼ੁਰੂ ਕਰਨ ਲੱਗਿਆ ਜੀ ਅਤੇ ਤੁਹਾਨੂੰ ਬਹੁਤ ਜਲਦੀ ਉਹਦਾ ਨਾਮ ਅਤੇ ਡਿਟੇਲਾਂ ਦੱਸਾਂਗੇ ਅਤੇ ਲਾਡੀ ਦੀ ਅਗਲੀ ਐਲਬਮ ਆਪਣੇ ਰੈਕਡ ਲੇਬਲ 'ਤੇ ਗਾਣਾ ਇੱਕ ਸਾਡੇ ਚੈਨਲ 'ਤੇ ਪਰ ਉਸਦਾ ਨਾ ਫਿਰ ਤਾਂ ਗਾਣਾ ਵੀ ਉੱਤੇ ਹੀ ਜਾਊਗਾ ਫਾਰਮਿੰਗ 2 ਨਾਲ ਰੈਕਡ ਲੇਬਲ ਸ਼ੁਰੂ ਕਰਨ ਲੱਗਿਆ ਉਹ ਆਰਕਾ ਬੁਆਈ ਥੈਂਕ ਯੂ ਆਹ 1 ਲੱਖ ਰੁਪਈਏ ਕਿਲੋ ਹੈ ਜੀ ਆਹ 50,000 ਹੈ ਜੀ ਵੀਰੇ ਆਹ ਡਿਓਰ ਦੀ ਅਤੇ ਉਹਨਾਂ ਦੀ ਕਲੈਬ ਆਈ ਆ ਮੈਂਗੋ ਵਾਲਿਆਂ ਦੀ ਇਹ ਮਹਿੰਗੇ ਨੇ ਤੁਸੀਂ ਵੀਰੇ ਹਰਿਦੁਆਰ ਅੰਬ ਲੈਣਾ ਹੋ ਗਦਾ ਮੁੰਡਿਆਂ ਨੂੰ ਪੁੱਛਿਓ ਖਾਣੇ ਨੇ ਸਰ ਅੰਬ ਖਾਓਗੇ ਅੰਬ ਖਾ ਲੈਣਗੇ ਸਰ ਇਸਕੇ ਵੀ ਪੈਸੇ ਲੱਗੇਗੇ GST ਅਲੱਗ ਸੇ ਇਹ ਤਾਂ ਰੂੰਗਾ ਸਾਲਿਆ ਅੰਗੂਰ ਮਿੱਠੇ ਨੇ ਜੀ ਉਹ ਤੇਰੀ ਸੌਰੀ ਯਾਰ ਸੌਰੀ ਮੈਨੂੰ ਕੋਈ ਹੀਟਰਾਂ ਦੇ ਲਈ ਇੱਕ ਸੰਦੇਸ਼ ਤੁਹਾਡੇ ਅੰਗੂਰ ਮਿੱਠੇ ਨੇ ਸਾਲਿਓ ਜੇ ਤੁਸੀਂ ਮਿਹਨਤ ਕਰੋਗੇ ਤੁਹਾਡੇ ਵਾਸਤੇ ਵੀ ਮਿੱਠੇ ਨੇ ਕੌਰੀ ਗੋਡੀਆਂ ਤੇ
चाचा जी हां चाचा जी कौरी दे चाचा जी ने जस्सा भाई कौरी दे चाचा जी इकट्ठे पढ़ते रहे हैं लगन दे चाचा भतीजा डे जे आ जा भाई यार ओके रंगपुर देखो खड़ जा सलमान खान असि सोच रहे हैं अज शो ते चले हैं शो वाले लिए अंब ले अंब वंट दिए जी साढ़े 3500 दे अंब ले ले यार अंब है वे गटे अंगूर मिठे अंगूर साले मिठे ने बैठो बैठो व्लॉग ले चल रहे हैं एक दिन दी डिटेल होर रहंदी है आ की ले भूख लगी सी जिथे चाह उथे अंगूर हो गए कलाकार तैयार खड़ जाओ फोकस ए हो गया दम 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 थक चादर ला के कॉन्फिडेंस आंदा है ਜਿਹੜੀ ਮਾਰੀ ਕੰਫਰਟ ਓ ਮਾਈ ਗੋਡ ਗਰਮੀਆਂ ਦੇ ਵਿੱਚ ਲੱਗੀ ਵਾਟ ਡੂ ਯੂ ਮੀਨ ਬਾਈ ਕੰਫਰਟ ਨੋਟ ਕਰ ਲਓ ਗੱਲਾਂ ਅਸੀਂ ਨਾ ਪਿਛਲੇ 1 ਮਹੀਨੇ ਦੇ ਵਿੱਚ 4 ਗਾਣੇ ਸ਼ੂਟ ਕੀਤੇ ਨੇ ਜਿਨ੍ਹਾਂ ਦੇ ਮੈਸੇਜ ਆਏ ਕਿ ਬਾਈ ਨੀ ਕੁੜੀਏ ਤੂੰ ਗਾਣਾ ਕਦੋਂ ਆਉਣਾ ਸੋ ਬਿਗੇਸਟ ਨਿਊਜ਼ ਆਫ ਦਿਸ ਈਅਰ ਇਜ਼ ਕਿ ਅਸੀਂ ਆਫੀਸ਼ੀਅਲੀ ਆਪਣਾ ਵੀਰੇ ਕੀ ਬਿਗੇਸਟ ਨਿਊਜ਼ ਤੇ ਕੁੜ 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 Biggest news of this year. Biggest news in a introduction mein tin wari kat dun biggest news. Biggest news a saal di sab to ek wari phir biggest news. Lo ji welcome to our office. Tonu ajj ek good news deni hai. Sade layi bahut vaddi news hai. Oh news a hai. ਕਿ ਅਸੀਂ ਆਫੀਸ਼ੀਅਲੀ ਆਪਣਾ ਰੈਕੋਰਡ ਲੇਬਲ ਹੈ ਜਿਹੜਾ ਉਹ ਅਨਾਊਂਸ ਕਰ ਰਹੇ ਹਾਂ ਅਤੇ ਹੁਣ ਜਿੱਦਾਂ ਸਾਡਾ ਪਰਿਵਾਰ ਹੈ ਜਿਹੜਾ ਉਹ ਵੱਡਾ ਹੋ ਗਿਆ ਉਸ ਪਰਿਵਾਰ ਦੇ ਵਿੱਚ ਆਹ ਮੂਰਖ ਨੇ ਜਿਹੜੇ ਕੈਮਰਾ ਦੀਆਂ ਐਂਗਲਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਤੋ ਸਾਡੀ ਫੈਮਿਲੀ 'ਚ ਬਹੁਤ ਟੈਲੈਂਟਸ ਆ ਚੁੱਕੇ ਨੇ ਲਾਡੀ ਸੁਪਰ ਟ੍ਰੇਡ ਨਾ ਕਰੇ ਯਾਰ ਲਾਡੀ ਜਿਹੜੇ ਮਤਲਬ ਤੁਸੀਂ ਸਪੋਰਟਸ ਸ਼ੂਜ਼ ਦੇ ਨਾਲ ਕੁੜਤਾ ਮੈਂ ਪਾਇਆ ਨਾ ਸਿਰ ਪਲੀਜ਼ ਹਲਕਾ ਸਟੈਪ ਕਰਕੇ ਦਿਖਾ ਦਿਓ ਇਹ ਫੜੇ ਜਾਣਗੇ अच्छा ये टाइम ते ये है कि कप चक्या गिने है दसो आज आप गाने बंद करो जी आप दे व्लॉग ते किसी और दी प्रमोशन नहीं होन देनी की हाल है वीरे कैसे हो जी क्या बात है द यंगेस्ट ओल्ड सिंगर ਹਲੇ ਅਸੀਂ ਸ਼ੂਟ ਕਰ ਰਹੇ ਹਾਂ ਤਾਂ ਇਹ ਜਾ ਕੇ ਅੱਦੋਂ ਬਾਅਦ ਪੰਮੇ ਦੇ ਘਰੇ ਅਸੀਂ ਐਡਿਟ ਕਰਨਾ ਫਿਰ ਅਸੀਂ ਅਪਲੋਡ ਕਰਨਾ ਜਿਸ ਟਾਈਮ ਤੁਸੀਂ ਇਹ ਵਲੌਗ ਦੇਖ ਰਹੇ ਹੋ ਉਸ ਟਾਈਮ ਮੇਰਾ ਬੈਂਡ ਵੱਜਿਆ ਤੇ ਮੈਂ ਸੁੱਤਾ ਪਿਆ ਹੋਊਗਾ ਐਨੀਵੇਜ਼ ਕਮਿੰਗ ਬੈਕ ਕੰਸਿਸਟੈਂਸੀ ਇਜ਼ ਕੰਸਿਸਟੈਂਸੀ ਠੀਕ ਹੈ ਨਾ ਲਕਸ਼ਯ ਤੇ ਬਟ ਨਹੀਂ ਜਿਹੜਾ ਅਸੀਂ ਵਲੌਗ ਬਣਾਇਆ ਸੀਗਾ ਉਹ ਅਨਫੋਰਚੁਨੇਟਲੀ ਅਸੀਂ ਟਾਈਮ ਦੇ ਉੱਤੇ ਐਡਿਟ ਨਹੀਂ ਕਰ ਸਕੇ ਸੋ ਆਮ ਨੋਟ ਸ਼ੋਰੇ ਵਾਲੀ ਵੀਡੀਓ ਤੁਸੀਂ ਉਹ ਵਲੌਗ ਤੋਂ ਪਹਿਲਾਂ ਦੇਖ ਰਹੇ ਹੋ ਕਿ ਬਾਅਦ 'ਚ ਦੇਖ ਰਹੇ ਹੋ ਅਸੀਂ ਰਾਜਸਥਾਨ ਗਏ ਸੀਗੇ ਜਿਹੜਾ ਅਸੀਂ ਗਾਣਾ ਜਿਹਦਾ ਤੁਸੀਂ ਜਿਹਦੇ ਬਾਰੇ ਜ਼ਿਕਰ ਸੁਣਿਆ ਉਹਦਾ ਅਸੀਂ ਪੋਸਟਰ ਅੱਜ ਯਾਨੀ ਕਿ ਸੈਟਰਡੇ ਸ਼ਾਮ ਨੂੰ 7 ਵਜੇ ਸ਼ੇਅਰ ਕਰ ਰਹੇ ਹਾਂ ਉਹਦਾ ਨਾਮ ਹੈ ਵੀ ਮੇਡ ਇਟ ਦੈਨ ਇਟਸ ਅ ਡੈਡੀਕੇਸ਼ਨ ਟੂ ਐਵਰੀ ਇੰਟਰਨੈਸ਼ਨਲ ਸਟੂਡੈਂਟ ਆਹ ਦੇਖ ਲਓ ਮੁੰਡਾ ਰੂਬੀ ਕੋਨਾ ਵਾਲਾ ਕਹਿੰਦੇ ਕਾਰਾਂ ਥਾਰਾਂ ਤੇ ਰੂਬੀ ਕੋਨਾ ਲਾਟੀ ਓਏ ਕਹਿੰਦੇ ਵਲੌਗ ਵਾਲਿਆਂ ਨੂੰ ਹੈਲੋ ਹੈਲੋ ਵਲੌਗਰਸ ਸਾਲੇ ਉਹਦਾ ਆਪਾਂ ਹੈਲੋ ਵਿਊਅਰਸ ਵਲੌਗੀ ਵਲੌਗੀ
ਬਾਅਦ ਲਾਡੀ ਦਾ ਕਰਨ ਲੱਗੇ ਆ ਫਾਰਮਿੰਗ 2 ਤੇ ਉਹ ਤੋਂ ਅਗਲਾ ਗਾਣਾ ਅਸੀਂ ਕਰਨਾ ਉਹ ਗਾਣੇ ਤੋਂ ਯਾਦ ਆਇਆ ਲਓ ਜੀ ਸੁਖਨ ਦਾ ਗਾਣਾ ਵੀ ਆ ਜਿਹੜਾ ਉਹ ਅਸੀਂ ਰਿਕਾਰਡ ਕਰ ਲਿਆ ਬਹੁਤ ਘੈਂਟ ਗਾਣਾ ਸੁਖਨ ਐ ਕਰ ਆਪਣਾ ਗਾਣਾ ਸੁਣਾ ਦੇ ਸਰ ਨੂੰ ਥੋੜਾ ਜਿਹਾ ਮਿਕਸ ਮਾਸਟਰ ਹੈਗਾ ਤੇਰੇ ਕੋਲੇ ਫਾਈਲ ਲਓ ਜੀ ਵਨ ਮੋਰ ਅਨਰਿਲੀਜ਼ਡ ਸੌਂਗ ਥੋੜਾ ਜਿਹਾ ਤੁਹਾਨੂੰ ਸੁਖਨ ਦਾ ਵੀ ਗਾਣਾ ਸੁਣਾਈਏ This song is a vibe तेरे सोन लगी दे सिर थले भांकदा है के नहीं ए माता दस दे तेनू हील न थक के तुरदी नू हो चकदा है के नहीं ए माता दस दे तेरे वर बस जी बस महाराज इतना दस दे कहंदा कि ओ हुन तेनू चक के तेरी हील नू ਤੈਨੂੰ ਲੈ ਕੇ ਜਾਂਦਾ ਕਿ ਨਹੀਂ ਘੁਮਾਉਣ ਇੰਨਾ ਦੱਸ ਦੇ ਸੁਖਨ ਲਾਡੀ ਓਏ ਆ ਲੈ ਇੱਧਰ ਜੀਤ ਗੱਡੀ ਚਲਾ ਲਾ ਮੇਰਾ ਵੀਰ ਮੰਮਾ ਤਾਂ ਮੇਰੇ ਕੰਨ ਦੇ ਆਲੇ ਦਾਲੇ ਐ ਉਹ ਕਰ ਰਿਹਾ ਜਿਵੇਂ ਮੈਂ ਦੁਲਹਨ ਨੂੰ ਕਦੇ ਮੇਰੇ ਕੰਨਾਂ ਦਾ ਸ਼ਾਟ ਲੈ ਰਿਹਾ ਮੇਰੇ ਦੱਸ ਕੀ ਝੂੰਕੇ ਪਾਏ ਨੇ ਮੇਰੇ ਦੱਸ ਕੀ ਝੂੰਕੇ ਪਾਏ ਨੇ ਮੈਂ ਦੱਸ ਰਿਹਾ ਸੀ ਸਰ ਨੂੰ ਮੈਂ ਕਿਹਾ ਵਲੌਗ ਤਾਂ ਸਾਡਾ ਬਣ ਬੁਣ ਹਟਿਆ 9 ਮਿੰਟਾਂ ਦਾ ਹਾਂਜੀ ਪਰ ਮਾਰੇ ਸੀ 18 ਮਿੰਟ ਤੇ ਲੈ ਕੇ ਜਾਣੀ ਹੈ ਗੱਲ ਲੈ ਕੇ ਜਾਣੇ ਸੋ ਹੁਣ ਤੁਸੀਂ ਆਈ ਐਮ ਨਿਊ ਸੁਖਨ ਸਾਡੇ ਡੀਓਪੀ ਵੀ ਨੇ ਸਾਡੇ ਡਾਇਰੈਕਟਰ ਵੀ ਨੇ ਸਾਡੇ ਬ੍ਰਦਰ ਵੀ ਸੁਖਨ ਸਾਡੇ ਪੇਨ ਇਨ ਦੀ ਐਸ ਵੀ ਨੇ ਡੀਓਪੀ ਵੀ ਨੇ ਡਾਇਰੈਕਟਰ ਵੀ ਨੇ ਸਾਡੇ ਬ੍ਰਦਰ ਵੀ ਨੇ ਤੇ ਐਕਟਰ ਵੀ ਨੇ ਮੁਬਾਰਕਾਂ ਦੋ ਸਾਰੇ ਜਾਣੇ ਸੁਖਨ ਨੂੰ ਇਹਦੀ ਗੱਡੀ ਦਾ ਹੁਣ ਏਸੀ ਖਰਾਬ ਹੋ ਗਿਆ ਸਕੋਡਾ ਰੇਲ ਸਕੋਡਾ ਗੱਡੀ ਦਾ ਅਸੀਂ ਕਸੂਰ ਨਹੀਂ ਕੱਢ ਰਹੇ ਅਸੀਂ ਕਸੂਰ ਸੁਖਨ ਦਾ ਕੱਢ ਰਹੇ ਹਾਂ ਜਿਹਨੇ ਉਹ ਗੱਡੀ ਖਰੀਦੀ ਕੈਮਰਾ ਇੱਧਰ ਚਾਹੀਦਾ ਦੋ ਵਾਰੀ ਗੱਡੀ ਦਾ ਗੇਅਰ ਬਾਕਸ ਬਦਲਿਆ ਗਿਆ ਓਏ ਨਹੀਂ ਝੂਠ ਹੈ ਇਹ ਕਲੱਚ ਝੂਠ ਕਲੱਚ ਇੱਕ ਵਾਰੀ ਉਹਦਾ ਕੰਪਰੈਸਰ ਬਦਲਿਆ ਗਿਆ ਠੀਕ ਹੈ ਫੈਂਡਰ ਵੀ ਇਹਨੇ ਭੰਨ ਲਿਆ ਸੀਗਾ ਉੱਚ ਚਲੋ ਸਕੋਡਾ ਦੀ ਗਲਤੀ ਹੈ ਨਹੀਂ ਵੈਂਟ ਹੋ ਜਾਂਦੀ ਸੀ ਦੋਸਤੋ ਸੜਕ ਤੇ ਵੀਰਾ ਕਹਿੰਦਾ ਸ਼ੀਸ਼ਾ ਉਹ ਬਾਈ ਭਜਾਉਣ ਲੱਗ ਗਿਆ ਵੀਰਾ ਕਹਿੰਦਾ ਓਏ ਇੰਨੀ ਨਾ ਭਜਾ ਇਹਦਾ ਗੇਅਰ ਬਾਕਸ ਖਰਾਬ ਹੋ ਜਾਂਦਾ ਕਹਿੰਦਾ ਬਾਈ ਜਮਾ ਸਹੀ ਗੱਲ ਹੈ ਫੌਕਸ ਹੋ ਗਿਆ ਤਿੰਨ ਬੰਦੇ ਨਹੀਂ ਸੌਂਦੇ ਇੱਕ ਤਾਂ ਪਾਰਟੀ ਕਰਨ ਵਾਲੇ ਬੰਦੇ ਦੂਜਾ ਪਰਮੀਸ਼ ਤੇ ਤੀਜਾ ਪੰਗੂ ਵਲੌਗ ਵਾਲੇ ਜਿੰਨੇ ਬੰਦੇ ਜਿਹੜੇ ਵਲੌਗ ਦੇਖ ਰਹੇ ਨੇ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਮੇਰੇ ਨਾਲੋਂ ਜ਼ਿਆਦਾ ਕਿਤੇ ਐਫਰਟ ਪੰਗੂ ਦੀ ਹੁੰਦੀ ਆ ਕਿਉਂਕਿ ਪੰਗੂ ਨੇ ਸਵੇਰੇ ਉੱਠ ਕੇ ਵਲੌਗ ਦੇਖ ਕੇ ਉਹ ਚੋਂ ਗਾਲਾਂ ਕੱਟ ਕੇ ਐਡਿਟ ਕਰਕੇ ਪਾਉਣੀਆਂ ਹੁੰਦੀਆਂ ਨੇ ਅੱਛਾ ਪੰਗੂ ਅਸੀਂ ਤੈਨੂੰ ਨਾ ਜਦ ਤੱਕ ਤੂੰ ਸੁੱਤਾ ਉੱਠੇਗਾ ਤੈਨੂੰ ਲਿੰਕ ਭੇਜਿਆ ਹੋਣਾ ਤੇ ਤੂੰ ਸਵੇਰੇ ਅਪਲੋਡ ਕਰਦੀ ਥੰਬਨੇਲ ਬਣ ਕੇ ਆ ਗਿਆ ਉਹਦੇ ਉੱਤੇ ਬਸ ਡੇਟ ਲਿਖ ਦਿਓ 3 ਮਈ ਸ਼ਾਮ ਨੂੰ ਆਪਾਂ ਪੋਸਟਰ ਪਾ ਦੇਣਾ 7 ਵਜੇ ਚੰਗਾ ਬਈ ਮਿੱਤਰੋ ਹੈਵ ਅ ਗੁੱਡ ਡੇ ਮੈਂ ਇਸ ਟਾਈਮ ਸੁੱਤਾ ਪਿਆ ਸੋ ਸ਼ਾਮ ਨੂੰ ਮਿਲਦੇ ਹਾਂ ਤੇ ਮੈਂ ਵਲੌਗ ਦਾ ਜਿਹੜਾ ਸਵਾਈਪ ਅਪ ਲਿੰਕ ਆ ਉਹ ਵੀ ਉੱਠ ਕੇ ਲੇਟ ਹੀ ਪਾਉਂਗਾ ਸੋ ਆਪੇ ਹੀ ਸ਼ੇਅਰ ਕਰ ਦਿਓ ਚੰਗਾ ਭਾਈ ਲਵ ਯੂ ਖੁਸ਼ ਰਹੋ ਸ਼ਾਮ ਨੂੰ 7 ਵਜੇ ਆ ਜਾਊ ਆਪਣਾ ਪੋਸਟਰ ਵੀ ਮੇਰਿਟ ਦਾ ਤੇ ਸਬਸਕ੍ਰਾਈਬ ਯੂ ਨੋ ਦ ਡ੍ਰਿਲ ਲਵ ਯੂ